ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਪੇਂਟਿੰਗਸ ਕਰਨੀਆਂ ਆ ਸਰ। ਅਸੀਂ ਇਹ 550 ਸਾਲਾਂ ਦੇ ਨਾਲ ਟੋਪਿਕ ਦੇ ਨਾਲ ਅਸੀਂ ਇਹ ਪੇਂਟਿੰਗ ਵਾਲ ਪੇਂਟਿੰਗ ਕਰਾਂਗੇ ਸਰ। ਇੱਥੇ ਅਸੀਂ ਸੇਵਾ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਪੇਂਟਿੰਗਸ ਬਣਾ ਰਹੇ ਹਾਂ, ਪਰ ਲੋਕਾਂ ਨੂੰ ਪ੍ਰਭਾਵਿਤ ਹੋਣਗੇ ਲੋਕ ਇਸ ਪੇਂਟਿੰਗ ਦੇਖ ਕੇ। ਜੋ ਵੀ ਕੋਰੀਡੋਰ ਵੇਖਣ ਆਉਣਗੇ, ਜੋ ਵੀ ਸੰਗਤ ਆਏਗੀ, ਉਹ ਇੱਥੋਂ ਦੀ ਲੰਘ ਕੇ ਜਾਏਗੀ, ਉਹ ਸਾਡੀਆਂ ਪੇਂਟਿੰਗਸ ਵੇਖਣਗੇ। ਸਰ ਇਹ ਮਤਲਬ ਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਉਹਦੇ ਨਾਲ ਸੰਬੰਧਿਤ ਪੇਂਟਿੰਗਾਂ ਬਣਾਉਣੀਆਂ ਕਿ ਅਗਰ ਕੋਈ ਵੀ ਕੋਰੀਡੋਰ ਦੇਖਣ ਆਏ ਔਰ ਇਸ ਧਰਤੀ ਤੋਂ ਨਿਕਲੇ ਔਰ ਉਹਨਾਂ ਨੂੰ ਲੱਗੇ ਕਿ ਹਾਂਜੀ ਜੀ ਵਾਕਈ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈਗੀ ਹੈ। ਨਹੀਂ ਸਰ, ਕਿਸੇ ਨੇ ਨਹੀਂ ਰੋਕਿਆ ਸਰ, ਸਾਨੂੰ ਜਿੱਥੇ ਖਾਲੀ ਦੀਵਾਰ ਮਿਲਦੀ ਹੈ ਉੱਥੇ ਪੇਂਟਿੰਗ ਬਣਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਜਿੱਥੇ ਡੇਰਾ ਬਾਬਾ ਨਾਨਕ ਵਿੱਚ ਤਿਆਰੀਆਂ ਜ਼ੋਰਾਂ 'ਤੇ ਨੇ, ਉੱਥੇ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕੋਈ ਸੰਸਥਾ ਹੋਵੇ, ਇਸੇ ਤਰ੍ਹਾਂ ਦੀ ਸੇਵਾ ਦੀਨਾਨਗਰ ਦੇ ਕਾਲਜ ਵੱਲੋਂ ਵੀ ਕੀਤੀ ਜਾ ਰਹੀ ਹੈ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਖਾਲੀ ਕੰਧਾਂ ਉੱਤੇ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਨੇ। ਤਾਂ ਕਿ ਡੇਰਾ ਬਾਬਾ ਨਾਨਕ ਵਿੱਚ ਆਉਣ ਵਾਲਾ ਹਰ ਸ਼ਰਧਾਲੂ ਇਸ ਤੋਂ ਪ੍ਰਭਾਵਿਤ ਹੋਵੇ। ਉੱਥੇ ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਨੂੰ ਇਹਨਾਂ ਕਲਾਕ੍ਰਿਤੀਆਂ ਰਾਹੀਂ ਇਸ ਲਈ ਰੰਗਿਆ ਜਾ ਰਿਹਾ ਤਾਂ ਕਿ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਰੰਗ ਵਿੱਚ ਰੰਗਿਆ ਜਾਵੇ। ਕੀ ਨਾਮ ਹੈ? ਦੀਪਿਕਾ। ਸਰ ਦੀਪਿਕਾ ਜੀ, ਦੱਸੋ ਕਿਹਦੇ ਵੱਲੋਂ ਬਣਵਾਈਆਂ ਜਾ ਰਹੀਆਂ, ਕਿੱਥੇ ਕਿੱਥੇ ਬਣਾਈਆਂ ਜਾ ਰਹੀਆਂ ਔਰ ਕੀ ਬਣਾ ਰਹੇ ਹੋ? ਸਰ ਅਸੀਂ ਦੀਨਾਨਗਰ ਦੇ SSM ਕਾਲਜ ਦੀਨਾਨਗਰ ਤੋਂ ਆਏ ਹਾਂ ਔਰ ਸਰ ਸਾਨੂੰ ਇਹ ਦਿੱਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਪੇਂਟਿੰਗਸ ਕਰਨੀਆਂ ਆ ਸਰ। ਅਸੀਂ ਇਹ 550 ਸਾਲਾਂ ਦੇ ਨਾਲ ਟੋਪਿਕ ਦੇ ਨਾਲ ਅਸੀਂ ਇਹ ਪੇਂਟਿੰਗ ਵਾਲ ਪੇਂਟਿੰਗ ਕਰਾਂਗੇ ਸਰ। ਇਹ ਮਤਲਬ ਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਉਹਦੇ ਨਾਲ ਸੰਬੰਧਿਤ ਪੇਂਟਿੰਗਾਂ ਬਣਾਉਣੀਆਂ ਕਿ ਅਗਰ ਕੋਈ ਵੀ ਕੋਰੀਡੋਰ ਦੇਖਣ ਆਏ ਔਰ ਇਸ ਧਰਤੀ ਤੋਂ ਨਿਕਲੇ ਔਰ ਉਹਨਾਂ ਨੂੰ ਲੱਗੇ ਕਿ ਹਾਂਜੀ ਜੀ ਵਾਕਈ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈਗੀ ਹੈ, ਅਤੇ ਉਹਨਾਂ ਦੇ ਜਿਹੜੇ ਗੁਰਬਾਣੀ ਦੇ ਸ਼ਲੋਕ ਹੈ ਉਹ ਅਸੀਂ ਆਪਣੀ ਪੇਂਟਿੰਗ ਦੁਆਰਾ ਮੈਸੇਜ ਦੇ ਰਹੇ ਹਾਂ। ਕਿੰਨੀਆਂ ਕਲਾਕ੍ਰਿਤੀਆਂ ਅਜੇ ਤੱਕ ਬਣਾ ਚੁੱਕੇ ਔਰ ਕਿੰਨੀਆਂ ਹੋਰ ਬਣਾਉਣੀਆਂ? ਸਰ ਸਾਨੂੰ ਜਿੱਥੇ ਜਿੱਥੇ ਦੀਵਾਰ ਖਾਲੀ ਲੱਭਦੀ ਅਸੀਂ ਉੱਥੇ ਉੱਥੇ ਪੇਂਟ ਕਰ ਦਿੰਦੇ ਹਾਂ। ਕੀ ਨਾਮ ਹੈ ਜੀ? ਸਰੋਜ ਵਾਲਾ। ਸਰੋਜ, ਦੱਸੋ ਕਿਹੜੀ ਕਲਾਸ 'ਚ ਪੜ੍ਹਦੇ ਹੋ ਔਰ ਇੱਥੇ ਕੀ ਕਰਨ ਆਏ ਹੋ? ਕਿਸੇ ਨੇ ਕੋਈ ਰੋਕਿਆ ਜਾਂ ਕੋਈ ਗੱਲਬਾਤ ਹੁੰਦੀ ਹੈ? ਸਰ ਅਸੀਂ SSM ਕਾਲਜ 'ਚ ਡਿਗਰੀ ਕਰਦੇ ਪਏ ਹਾਂ ਫਾਈਨ ਆਰਟਸ ਦੀ। ਕੀ ਕਰਨਾ? ਸਰ ਇੱਥੇ ਅਸੀਂ ਸੇਵਾ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਪੇਂਟਿੰਗਸ ਬਣਾ ਰਹੇ ਹਾਂ, ਪਰ ਲੋਕਾਂ ਨੂੰ ਪ੍ਰਭਾਵਿਤ ਹੋਣਗੇ ਲੋਕ ਇਸ ਪੇਂਟਿੰਗ ਦੇਖ ਕੇ। ਜੋ ਵੀ ਕੋਰੀਡੋਰ ਵੇਖਣ ਆਉਣਗੇ, ਜੋ ਵੀ ਸੰਗਤ ਆਏਗੀ, ਉਹ ਇੱਥੋਂ ਦੀ ਲੰਘ ਕੇ ਜਾਏਗੀ, ਉਹ ਸਾਡੀਆਂ ਪੇਂਟਿੰਗਸ ਵੇਖਣਗੇ, ਉਹ ਸ਼ਹਿਰ ਦਾ ਨਾਮ ਰੋਸ਼ਨ ਹੋਏਗਾ। ਸ਼ਹਿਰ ਦੇ ਹਰ ਦੀਵਾਰ 'ਤੇ ਤੁਸੀਂ ਬਣਾ ਰਹੇ ਹੋ? ਹਾਂਜੀ। ਔਰ ਕਿੰਨੇ ਕੁ ਲੋਕਾਂ ਨੇ ਤੁਹਾਨੂੰ ਇਹਦੇ 'ਚ ਕਿਸੇ ਨੇ ਰੋਕਿਆ ਜਾਂ ਕਿਸੇ? ਨਹੀਂ ਸਰ, ਕਿਸੇ ਨੇ ਨਹੀਂ ਰੋਕਿਆ ਸਰ। ਸਾਨੂੰ ਜਿੱਥੇ ਖਾਲੀ ਦੀਵਾਰ ਮਿਲਦੀ ਹੈ ਉੱਥੇ ਪੇਂਟਿੰਗ ਬਣਾਉਂਦੇ ਹਾਂ। ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰ ਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484896।